केवन पंजाबी निडर निरपक्ष ते नवी सोच मैं तुहाडा दोस्त सोम सहोता तों लैके हाजिर है। करंट इशू लई चलदे आ मोहाली। दोस्तों अक्सर आपां इक स्लोगन सुणदे आ कि हर एक मनुख लावे एक रुख, और लावे भी क्यों ना। जे आम जिंदगी दे विच देखिए तो दोस्तों रुखां तों बिना साडी जिंदगी जीरो आ, क्योंकि रुख सानूं ऑक्सीजन दिंदे ने। और वैसे भी आपां जिथे हरियाली वेखदे आ तां सचमुच साडा उत्थे बैठण नूं जी करदा है, लेकिन मंत्री स्टेजा ते भाषण देंदे ने, पब्लिक विच भाषण देंदे ने, लेकिन प्रैक्टिकली रूप विच ओह की करदे ने। अज जिस खबर दे नाल रूबरू करवाउण जा रहे हां, दरअसल उसका सबजैक्ट भी उही है, कॉन्टेंट भी उही है। भाषण देंदे ने स्टेजा दे उपर के रुख लगाओ रुख लगाओ रुख लगाओ, लेकिन कैबिनेट मंत्री पंजाब जिहड़े कि जंगलात विभाग दे मिनिस्टर ने, उन्हां दी रिहायश तो कुछ दूरी ते ही कट्टिया जा रहा जी धड़ाधड़ रुखां नूं। रुखां नूं इस कदर फना किया जा रहा, इस कदर खत्म किया जा रहा कि जिन्हां नूं शब्दां विच बयान करना बहुत मुश्किल है। लेकिन पूरी खबर देने वास्ते साडे नाल मोहाली तो साडे पत्रकार जतेंद्र सबरवाल जी जुड़ चुके ने, उन्हां तों लैंदे आ अपडेट। सर, इस खबर नूं लैके की जानकारी देना चाहुंदे हो तुसीं? देखो सोता साहब, मैं तुहानूं दसना चाहांगा कि पंजाब दे जंगलात मंत्री आ साधु सिंह धर्मसोत, जिन्हां वल्लों बार बार ए नारा लाया जांदा रहा कि वध तों वध रुख लगाओ, एक मुहिम भी शुरू की गई है और बार बार अपील भी की जाती रही, पिछे जो मुहिम भी चलाई गई है। पर तुहानूं दसना चाहांगा कि बिल्कुल 39 सैक्टर 39 चंडीगढ़, जिथे पंजाब दे मंत्रियां दीआं कोठियां ने, उन्हां दे बिल्कुल कोल ही एक रस्ता लंघदा और पिंड पैंदे ने मोहाली दे विच, झामपुर, तीड़ा, तोगा और जुझार नगर, इस साइड ना कुछ लोकां वल्लों और इलीगल तौर ते अपने मकान वसाण वास्ते जां कोई नवीं बिल्डिंगां वसाण वास्ते दरख्तां दी कटाई जिहड़ी आ ओह कीती जा रही है। असीं सानूं गुप्त सूत्रां तों पता लग्गिया सीगा कि इह कोई कलोनी आ, कोई वसाई जा रही है और भुल्लर इनकलेव नाम दी, और उत्थे इह जिहड़ा दरख्त हैगे आ और काफी दरख्त उन्हां ने वड्ढ दित्ते आ और गायब कर दित्ते सी। पर जदों असीं मौके ते पहुंचे तां सानूं कुछ रुख जिहड़े आ ਉਹ ਮੌਕੇ ਤੇ ਮਿਲ ਗਏ। ਜਦੋਂ ਅਸੀਂ ਉਹਨੂੰ ਸ਼ੂਟ ਕਰਨਾ ਸ਼ੁਰੂ ਕੀਤਾ ਔਰ ਕੈਮਰੇ ਦੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਔਰ ਸਾਰੇ ਉੱਥੋਂ ਦੇ ਜਿਹੜੇ ਕੱਟਣ ਵਾਲੇ ਕਰਿੰਦੇ ਸੀਗੇ ਉਹ ਸਾਰੇ ਭੱਜ ਗਏ। ਔਰ ਸੋਤਾ ਸਾਹਿਬ, ਇਹ ਜਦੋਂ ਚੀਜ਼ ਆਪਾਂ ਦ੍ਰਿਸ਼ ਦੇਖਦੇ ਆ ਔਰ ਰੁੱਖ ਜਿਹੜਾ ਵਾ ਉਹ 40 ਤੋਂ 50 ਸਾਲ ਪੁਰਾਣਾ ਹੋਵੇ ਔਰ ਕਾਫੀ ਸਦੀਆਂ ਪੁਰਾਣਾ ਹੋਵੇ, ਉਸ ਨੂੰ ਜਦੋਂ ਔਰ ਹਰਿਆ ਭਰਿਆ ਹੋਵੇ ਉਸ ਨੂੰ ਕੱਟ ਦਿੱਤਾ ਜਾਂਦਾ ਹੈ ਔਰ ਪੰਛੀਆਂ ਦਾ ਔਰ ਬਿਸ਼ਿੰਦ ਉਹਨਾਂ ਦਾ ਬਿਸ਼ਿੰਦਾ ਪੰਛੀਆਂ ਦਾ ਇੱਕ ਘਰ ਹੁੰਦਾ ਹੈ, ਲੋਕ ਬਜ਼ੁਰਗ ਉਹਦੀ ਛਾਵੇਂ ਬੈਠਦੇ ਨੇ ਔਰ ਜਿਹੜਾ ਇੰਨੇ ਸਾਲਾਂ ਦਾ ਪਲਿਆ ਪਲਿਆ ਰੁੱਖ ਮਿੰਟਾਂ ਸਕਿੰਟਾਂ ਦੇ ਵਿੱਚ ਜਦੋਂ ਪੱਕ ਗਏ। ਸਬਰਵਾਲ ਸਾਹਿਬ, ਮੈਂ ਕੁਝ ਦ੍ਰਿਸ਼ ਵੇਖ ਵੀ ਰਿਹਾ ਕਿ ਬੜੇ ਪੁਰਾਣੇ ਪੁਰਾਣੇ ਦਰਖਤ ਨੇ ਜਿਨ੍ਹਾਂ ਨੂੰ ਜੜਾਂ ਤੋਂ ਹੀ ਖਤਮ ਕਰ ਦਿੱਤਾ ਗਿਆ। ਆਖਿਰ ਇਹਨਾਂ ਦਰਖਤਾਂ ਦਾ ਕਸੂਰ ਕੀ ਹੈ? ਸਿਰਫ ਲੋਕਾਂ ਦੀ ਮਤਲਬ ਜਿਹੜੀ ਰਹਾਇਸ਼ ਹੈ ਉਹਦੀ ਉਹਦਾ ਅੜਿੱਕਾ ਬਣਦੇ ਸੀ, ਔਰ ਜਦਕਿ ਇੰਨੇ ਪੁਰਾਣੇ ਦਰਖਤ ਕੱਟਣੇ ਵੈਸੇ ਨਹੀਂ ਦਿਲ ਕਰਦਾ। ਦੇਖੋ ਜੀ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਜੀ। ਜਦੋਂ ਵੀ ਕੋਈ ਰੁੱਖ ਕੱਟਣਾ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਉਹਦੇ ਵਾਸਤੇ ਵੀ ਅਗਰ ਕੋਈ ਪ੍ਰੋਬਲਮ, ਪਹਿਲੀ ਗੱਲ ਤਾਂ ਰੁੱਖ ਕੱਟਿਆ ਨਹੀਂ ਜਾ ਸਕਦਾ ਜੀ। ਇੱਕ ਨਿਯਮ ਆ, ਬਹੁਤ ਹੀ ਜ਼ਿਆਦਾ ਵੱਡੀ ਆਫਤ ਹੋਵੇ ਵੀ ਕੋਈ ਵੱਡੀ ਕੋਈ ਵੀ ਕੋਈ ਜਾਨੀ ਮਾਲੀ ਨੁਕਸਾਨ ਹੋਣ ਦਾ ਖਤਰਾ ਹੋਵੇ ਤਾਂ ਉਹ ਰੁੱਖ ਦੀ ਇੱਕ ਪ੍ਰੋਪਰ ਇੱਕ ਰਿਪੋਰਟ ਤਿਆਰ ਕੀਤੀ ਜਾਂਦੀ ਹੈ, ਤਾਂ ਉਸ ਤੇ ਲੰਬੀ ਇੱਕ ਨੋਟ ਤਿਆਰ ਕੀਤੇ ਜਾਂਦੇ ਨੇ, ਉਹ ਅੱਗੇ ਤੋਂ ਅੱਗੇ ਦੀ ਰਿਪੋਰਟ ਹੁੰਦੀ ਹੈ, ਫਿਰ ਜਾ ਕੇ ਕਿਤੇ ਉਹ ਰੁੱਖ ਦੀ ਛੰਗਾਈ ਹੁੰਦੀ ਆ, ਕਟਾਈ ਨਹੀਂ। ਪਰ ਇਹ ਚੋਰ ਮੋਰੀ ਥਾਣੀ ਇੱਕ ਕਲੋਨੀ ਸੀਗੀ, ਉਹਦੇ ਬਿਲਕੁਲ ਗੇਟ ਦੇ ਅੱਗੇ ਇੱਕ ਬਹੁਤ ਵੱਡਾ ਰੁੱਖ ਲੱਗਿਆ ਹੋਇਆ ਸੀਗਾ, ਜਿਸ ਨੂੰ ਕੁਝ ਬੰਦਿਆਂ ਨੇ ਮਿਲੀ ਭੁਗਤ ਦੇ ਨਾਲ ਝਾਮਪੁਰ ਪਿੰਡ ਦੇ ਵਿੱਚ ਇਸ ਨੂੰ ਕੱਟ ਦਿੱਤਾ ਗਿਆ। ਔਰ ਇਹ ਮਾਮਲਾ ਜਿਹੜਾ ਵਾ ਇਹ ਸੁਰਖੀਆਂ ਵਿੱਚ ਵੀ ਇਸ ਕਰਕੇ ਆਇਆ ਕਿਉਂਕਿ ਥਾਣੇ ਵਿੱਚ ਇਹਦੀ ਰਫਤ ਵੀ ਪਈ ਆ ਔਰ ਬਲੌਂਗੀ ਥਾਣਾ ਜੋ ਮੋਹਾਲੀ ਦੇ ਅੰਦਰ ਪੈਂਦਾ ਉੱਥੇ SHO ਦੀ ਇਨਵੈਸਟੀਗੇਸ਼ਨ ਵੀ ਕਰ ਰਹੇ ਸਨ। ਪਰ ਅਜੇ ਤੱਕ ਇਹ ਰੁੱਖ ਨੂੰ ਕਿਸਨੇ ਕੱਟਿਆ, ਕਿਉਂ ਕੱਟਿਆ, ਇਹ ਕੁਛ ਕਿਸੇ ਤਰ੍ਹਾਂ ਕਿਸੇ ਦੇ ਦੋਸ਼ ਜਿਹੜੇ ਆ ਉਹ ਸਿੱਧ ਨਹੀਂ ਹੋਏ। ਪਰ ਅੰਦਰੂਨੀ ਸੂਤਰਾਂ ਦਾ ਪਤਾ ਲੱਗਿਆ ਕਿ ਜਿਹੜਾ ਕਲੋਨੀ ਬੰਦਾ ਕੱਟ ਰਿਹਾ ਸੀ ਭੁੱਲਰ ਇਨਕਲੇਵ, ਉਸਦੇ ਕਹਿਣ ਤੇ ਔਰ ਪਿੰਡ ਵਾਸੀਆਂ ਦੀ ਉੱਥੇ ਗੁੱਗਾ ਮੜੀ ਪੈਂਦੀ ਉੱਥੇ ਸੇਵਾਦਾਰ ਹੈ, ਉਹਨਾਂ ਦੇ ਨਾਲ ਇਹ ਆਪਸੀ ਲਿਖਾਪੜੀ ਕਰਕੇ ਇਹਨਾਂ ਨੇ ਰੁੱਖ ਕੱਟਤਾ। ਜਦਕਿ ਆਪਸੀ ਜੋ ਕੋਈ ਆਪਾਂ ਸਮਝੌਤਾ ਕਰਦੇ ਉਹਦੀ ਕੋਈ ਵੈਲਿਊ ਨਹੀਂ ਹੁੰਦੀ। ਸਰਕਾਰ ਦਾ ਰੁੱਖ ਆ, ਸਰਕਾਰ ਦੀ ਪ੍ਰੋਪਰਟੀ ਆ, ਸਰਕਾਰ ਦੀ ਨੌਲੇਜ ਚ ਲਿਆਏ ਪੈਣਾ, ਇਹ ਰੁੱਖ ਨਹੀਂ ਕੱਟਿਆ ਜਾਣਾ ਚਾਹੀਦਾ। ਪਰ ਸਰਵਾਲ ਸਾਹਿਬ, ਇਸ ਸੰਬੰਧ ਵਿੱਚ ਤੁਹਾਡੀ ਕਿਸੇ ਆਫੀਸਰ ਨਾਲ ਗੱਲਬਾਤ ਹੋਈ ਹੈ ਕਿ ਹੁਣ ਤੱਕ ਜਿਹੜੀ ਕੰਪਲੇਂਟ ਆਈ ਸੀ ਉਹਦਾ ਕੀ ਬਣਿਆ? ਦੇਖੋ ਜੀ, ਆਪਾਂ ਇਸ ਮੈਟਰ ਨੂੰ ਲੈ ਕੇ ਅੱਜ DSP
ਖਰੜ ਜਿਨ੍ਹਾਂ ਦੇ ਧੀ ਨੇ ਮਾਮਲਾ ਆਂਦਾ ਉਹਨਾਂ ਨੂੰ ਅਸੀਂ ਮਿਲਣ ਜਾ ਰਹੇ ਹਾਂ, ਉਹਨਾਂ ਦਾ ਪੱਖ ਲੈਣ ਜਾ ਰਹੇ ਹਾਂ ਕਿ ਤੁਹਾਡੀ ਨੌਲੇਜ ਦੇ ਵਿੱਚ ਇਹ ਮਾਮਲਾ ਹੈ ਕਿ ਨਹੀਂ ਹੈ। ਔਰ ਦੂਸਰੀ ਗੱਲ ਇਸ ਤੋਂ ਬਾਅਦ ਅਸੀਂ ਸਾਧੂ ਸਿੰਘ ਧਰਮਸੋਤ ਜਿਹੜੇ ਜੰਗਲਾਤ ਮਹਿਕਮੇ ਦੇ ਮੰਤਰੀ ਨੇ ਜੋ ਕਿ ਬਾਰ ਬਾਰ ਨਾਰਾ ਲਾਉਂਦੇ ਨੇ ਵੀ ਇੱਕ ਰੁੱਖ ਲਾਵਾਂਗੇ ਔਰ ਹਰੇਕ ਇਨਸਾਨ ਜ਼ਿੰਦਗੀ ਦੇ ਵਿੱਚ ਕੁੱਝ ਰੁੱਖ ਲਾਵੇ, ਜ਼ਿਆਦਾ ਨਹੀਂ ਇੱਕ ਰੁੱਖ ਲਾਵੇ, ਔਰ ਸਾਡੇ ਨਾਰੇ ਨੂੰ ਇਹ ਕੱਟ ਕੇ ਉਹਦੇ ਦੀ ਇਨਸਲਟ ਕੀਤੀ ਜਾ ਰਹੀ ਹੈ। ਔਰ ਤੁਸੀਂ ਇੱਥੇ ਕੀ ਐਕਸ਼ਨ ਲਿਆ ਵਾ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਜਾਏਗੀ। ਵੱਡੀ ਗੱਲ ਹੈ ਜੀ, ਕਲੋਨੀਆਂ ਵਸਾਰਨ ਵਾਸਤੇ ਰੁੱਖਾਂ ਨੂੰ ਕੱਟਣਾ ਕਿਤੇ ਮੁਨਾਸਿਬ ਨਹੀਂ ਹੈਗਾ। ਔਰ ਵੱਡੀ ਗੱਲ ਇਹ ਹੈ ਜੀ ਵੀ ਇਹ ਇੱਕ ਰੁੱਖ ਸਾਡੀ ਨੌਲੇਜ ਦੇ ਵਿੱਚ ਆਇਆ, ਪਰ ਇਸ ਤਰ੍ਹਾਂ ਇਹਨਾਂ ਨੇ ਰਾਤੋ ਰਾਤ ਕਈ ਰੁੱਖ ਜਿਹੜੇ ਆ ਉਹ ਕੱਟ ਛੜੇ ਨੇ। ਮੇਰੇ ਖਿਆਲ ਦੇ ਨਾਲ ਸੈਂਕੜੇ ਰੁੱਖ ਜਿਹੜੇ ਆ ਉਹ ਇਨਸਾਨਾਂ ਦੀ ਆਪਣੀ ਜਿਹੜੀ ਕਿ ਉਹ ਆਪਣੀ ਮਤਲਬ ਨਿੱਜੀ ਮੁਨਾਫਿਆਂ ਦੇ ਕਾਰਨ ਉਹ ਬਲੀ ਭੇਟ ਚੜ ਚੁੱਕੇ ਨੇ। ਔਰ ਪੰਛੀਆਂ ਦੇ ਜਿਹੜੇ ਆਸ਼ਿਆਨਾ ਗਿਣੇ ਜਾਂਦੇ ਨੇ ਉੱਥੇ ਪੰਛੀਆਂ ਦੇ ਕਈਆਂ ਦੇ ਸਾਨੂੰ ਆਲਣੇ ਵੀ ਦੇਖਣ ਨੂੰ ਮਿਲੇ ਜਿਹੜੇ ਕਿ ਟੁੱਟ ਕੇ ਨੀਚੇ ਗਿਰੇ ਹੋਏ ਸੀ, ਉਹ ਚ ਅੰਡੇ ਵੀ ਸੀਗੇ। ਇਸ ਤਰ੍ਹਾਂ ਦੀ ਜਿਹੜੀ ਤ੍ਰਾਸਦੀ ਆ ਇਹ ਦਿਲ ਨੂੰ ਬਹੁਤ ਠੇਸ ਪਹੁੰਚਾਉਂਦੀ ਹੈ ਜੀ। ਵਾਕਿਆ ਵਾਕਿਆ ਦੂਸਰਿਆਂ ਦੇ ਆਲਣੇ ਨੂੰ ਆਪਾਂ ਖਤਮ ਕਰਕੇ ਅਗਰ ਆਪਾਂ ਆਪਣਾ ਆਲਣਾ ਬਣਾਉਣ ਦੀ ਕੋਸ਼ਿਸ਼ ਕਰੀਏ ਤਾਂ ਉਹਦੇ ਵਿੱਚ ਕਿੰਨੀ ਕੁ ਖੁਸ਼ੀ ਹੋਏਗੀ ਇਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਔਰ ਸਭ ਤੋਂ ਵੱਡੀ ਗੱਲ ਹੈ ਦੋਸਤੋ, ਕਿਸੇ ਦੂਸਰੇ ਨੂੰ ਦੁੱਖ ਦੇ ਕੇ ਜਾਂ ਕਿਸੇ ਦੂਸਰੇ ਨੂੰ ਬੇਘਰ ਕਰਨ ਤੋਂ ਬਾਅਦ ਅਸੀਂ ਕਦੇ ਵੀ ਉਸ ਘਰ ਦਾ ਆਨੰਦ ਨਹੀਂ ਲੈ ਸਕਦੇ। ਜਾਂਦੇ ਜਾਂਦੇ ਸਬਰਬਾਲ ਸਾਹਿਬ ਇੱਕ ਕਮੈਂਟ ਹੋਰ ਚਾਹਾਂਗਾ, ਇਹਨਾਂ ਰੁੱਖਾਂ ਤੇ ਜੋ ਰੁੱਖ ਕੱਟ ਰਹੇ ਨੇ ਉਹਨਾਂ ਤੇ ਇੱਕ ਕਮੈਂਟ ਜ਼ਰੂਰ ਚਾਹਾਂਗਾ। ਦੇਖੋ ਸਤ ਸਾਹਿਬ, ਇੱਕੋ ਕਮੈਂਟ ਤੇ ਨਹੀਂ, ਇੱਕ ਅਰਦਾਸ ਹੀ ਆਪਾਂ ਇੱਕ ਮਤਲਬ ਆਪਾਂ ਇੱਕ ਰਿਕੁਐਸਟ ਹੀ ਕਰ ਸਕਦੇ ਨੇ ਕਿਉਂਕਿ ਆਉਣ ਵਾਲਾ ਟਾਈਮ ਬੜਾ ਘਾਤਕ ਆ। ਗਰਮੀ ਦਾ ਗਲੇਸ਼ੀਅਰ ਪਿਘਲ ਰਹੇ ਨੇ ਔਰ ਪਾਣੀ ਦਾ ਪੱਧਰ ਨੀਚੇ ਗਿਰ ਰਿਹਾ ਹੈ। ਕਿਉਂ ਗਿਰ ਰਿਹਾ? ਕਿਉਂਕਿ ਰੁੱਖ ਜਿਹੜੇ ਆ ਉਹ ਕੱਟੇ ਜਾ ਰਹੇ ਨੇ ਔਰ ਰੁੱਖਾਂ ਦੀ ਕਟਾਈ ਜਿਹੜੀ ਆ ਉਹ ਬੰਦ ਕੀਤੀ ਜਾਵੇ। ਅਗਰ ਕੋਈ ਰੁੱਖ ਮਜਬੂਰੀ ਦੇ ਵਿੱਚ ਕੱਟਣਾ ਵੀ ਪੈਂਦਾ ਹੈ ਤਾਂ ਸਾਡਾ ਫਰਜ਼ ਬਣਦਾ ਹੈ, ਇੱਕ ਰੁੱਖ ਅਸੀਂ ਕੱਟਦੇ ਹਾਂ ਉਹਦੀ ਜਗ੍ਹਾ 10 ਰੁੱਖ, ਬਿਲਕੁਲ ਬਿਲਕੁਲ, ਇੱਕ ਰੁੱਖ ਕੱਟਦੇ ਹਾਂ ਤਾਂ ਉਹਦੀ ਜਗ੍ਹਾ ਸਾਨੂੰ 10 ਰੁੱਖ ਲਾਉਣੇ ਚਾਹੀਦੇ ਆ, ਤਾਂ ਜਾ ਕੇ ਉਹ ਜਿਹੜੀ ਆ ਕਮੀ ਹੈ ਉਹ ਪੂਰੀ ਹੋ ਸਕਦੀ ਸੀ। ਸੋ ਦੋਸਤੋ, ਤੁਸੀਂ ਦੇਖ ਲਓ ਕਿ ਅਸੀਂ ਆਪਣੀ ਆਪਣੀ ਮੌਤ ਨੂੰ ਕਿੱਦਾਂ ਖੁਦ ਆਵਾਜ਼ ਦੇ ਰਹੇ ਹਾਂ ਔਰ ਜੋ ਆਕਸੀਜਨ ਸਾਨੂੰ ਚੀਜ਼ ਦੇ ਰਹੀ ਹੈ ਜਿਨ੍ਹਾਂ ਦੇ ਕਰਕੇ ਅਸੀਂ ਜਿਉਂਦੇ ਆ, ਅਸੀਂ ਆਪਣੇ ਹੱਥੀ ਉਹਨਾਂ ਨੂੰ ਫਨਾ ਕਰਨ ਤੇ ਲੱਗੇ ਹੋਏ ਆ। ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।